दावारा ब्लॉक सरोआ हल्का बलाचौर विधानसभा दा पिंड जो पिंड दा प्राइमरी स्कूल समाराट स्कूल होवे। पिंड दे बच्चे पिंड दे गंदे पानी च लंघ रहे होन तां बच्चियां दे मापिया ते बच्चियां दे मना च की गुजरदी होवेगी, देखो पूरी खबर। गवर्नमेंट प्राइमरी स्मार्ट स्कूल कटवारा कला। अच्छा, की है थोड़े स्कूल दे मुड़े की परेशानी आ रही है? पानी बहुत खड़ा पा जी। अच्छा, कदों तो जर भी मी लगता तो बहुत पानी खड़ता है। अच्छा, फिर तुसी इसको कितना जानते हो? असी फिर इधर से जा फिर और निकल के जानते साइड से। अच्छा, फिर कपड़े पे जाने साड़े कपड़े पे जानते हो तो तुसी की मांग करते हो सरकार तो? असी ये कहते कि पानी इतने ना रुके, ऐसे साफ हो जाए सारी गलियां हैं, स्कूल जाने परेशानी ना हो। हाँ जी। दिनेश किस स्कूल पढ़ते हो? गवर्नमेंट मीडियम स्कूल कटवारा कला। किस क्लास से पढ़ते हो? सिक्स्थ। सिक्स्थ, की परेशानी है तुम्हें? इतने पानी बहुत खड़ता, कपड़े भेजे जाते कई वेल, कई वेल मोटरसाइकिल गड्डियां सॉरी मोटरसाइकिल स्कूटियां डिग पैंदियां, चिक्कर पैंदा है। हाँ जी। फिर स्कूल जाने परेशानी होंगी? परेशानी होंगी। सरकार से की मांग करते हो? सरकार ने छेती छेती ठीक कर दे। ठीक कर दे। पानी खड़ा ही रहिंदा, सारा घरां दा पानी, बड़ी स्मैल आंदी है, बहुत बुरी हालत होंदी बच्चियां दी, बच्चियां नूं लंघाण विच बहुत परेशानी होंदी है। सानूं खड़ के सवेर टाइम भी छुट्टी वेले भी असीं खड़ के लंघाई दा, बच्चे भी जेहड़े ज्यादा छोटे बच्चे दा प्री प्राइमरी दे बच्चे उहदे विच डुब सकदे आ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਮਸਲਾ ਕੀ ਹੈ ਤੁਹਾਡਾ? ਕਟਵਾਰੀ ਪਿੰਡ ਦੇ ਆ, ਸਿੰਧੂ ਦੇਵੀ ਨਾਮ ਮੇਰਾ। ਹਾਂਜੀ, ਕੀ ਮਸਲਾ ਕੀ ਨੇ ਇੱਥੇ? ਮਸਲਾ ਪਾਣੀ ਇਹ ਪਹਿਲਾਂ ਤੋਂ ਹੀ ਪਿੰਡ ਦਾ ਆ ਕੇ ਖੜਦਾ, ਅੱਜ ਦਾ ਬਾਰਿਸ਼ ਦਾ ਹੋਇਆ ਹੈ। ਪਹਿਲੇ ਵੀ ਸਾਰੇ ਨਾਲੇ ਇੱਥੇ ਹੀ ਪਾਤੇ ਪਿੰਡ ਦੇ ਕਮਾ ਕੇ ਸਾਰੇ ਪੈਪ ਵਗੈਰਾ, ਇੱਥੇ ਸਾਰਾ ਪਾਣੀ ਗੰਦਾ ਆਉਂਦਾ ਹੈ, ਬਿਲਕੁਲ ਕੋਈ ਲੰਘ ਨਹੀਂ ਸਕਦਾ। ਹਾਂ, ਕੀ ਮਸਲਾ ਕੀ ਪਿੰਡ ਦਾ? ਮਸਲਾ ਤੁਹਾਡੇ ਸਾਹਮਣੇ ਹੈ ਜੀ, ਜਿਹੜਾ ਨਾਲੀਆਂ ਦਾ ਪਾਣੀ ਹੈ ਨਾ ਜੀ, ਇਹ ਪੰਚਾਇਤ ਨੇ ਇੱਥੇ ਲੈ ਕੇ ਛੱਡਤਾ, ਸੀਵਰੇਜ ਪਾਇਆ ਨਾ, ਜਦੋਂ ਨਾ ਤਾਂ ਇਹਨਾਂ ਨੇ ਛੱਪੜ 'ਚ ਪਾਇਆ ਨਾ ਕੋਈ ਜਗ੍ਹਾ ਲਈ। ਕਿੰਨਾ ਸਮਾਂ ਪਹਿਲੇ? ਹੁਣੀ ਹੋਇਆ ਜੀ, 6 ਮਹੀਨੇ। ਚੰਗਾ ਚੰਗਾ। ਹਾਂ, ਇਹ ਪਾਣੀ ਜਿਹੜਾ ਜੀ ਓਵਰਫਲੋ ਹੋ ਕੇ ਇਹ ਸਾਡੇ ਖੇਤ 'ਚ ਪੈਂਦਾ, ਗੰਦਾ ਪਾਣੀ ਤੁਹਾਨੂੰ ਹੁਣ ਲਾਈਵ ਕਰਾ ਦਿੰਦਾ। ਇਸ ਟਾਈਮ 1 ਕਿੱਲਾ ਪੂਰਾ ਪਾਣੀ ਇਹਨਾਂ ਨੇ ਭਰਿਆ, ਜਾ ਕੇ ਦੇਖ ਲਓ ਜੀ। ਸਰ, ਇੱਕ ਕਟਵਾਰੀ ਸਕੂਲ ਦੇ ਉੱਪਰ ਪਾਣੀ ਬਹੁਤ ਖੜ੍ਹਾ, ਜਿਹੜੇ ਬੱਚੇ ਸਕੂਲ ਦੇ ਲੰਘਣ ਤੋਂ ਬੜੇ ਤੰਗ ਹੈ, ਔਰ ਲੰਘ ਮਤਲਬ ਪਾਣੀ ਵਿੱਚ ਕ੍ਰੋਸ ਹੋ ਕੇ ਸਕੂਲ ਨੂੰ ਜਾਂਦਾ ਹੈ, ਤੁਹਾਡਾ ਉਹਦੇ ਬਾਰੇ ਕੀ ਕਹਿਣਾ ਜੀ? ਮੈਂ ਬਤੌਰ BDPO ਅਜੇ ਹੁਣੇ ਜੁਆਇਨ ਕੀਤਾ, ਪਿੰਡ ਵਿੱਚ ਜਾ ਕੇ ਮੈਂ ਇਹਦਾ ਜਿਹੜਾ ਸਮੱਸਿਆ ਦਾ ਹੱਲ ਕਰਾਂਗੇ। ਇਹਦਾ ਜਿਹੜਾ ਫੈਟ ਲੈਮ ਦੱਬ ਕੇ ਪਾਣੀ ਜਿਹੜਾ ਉਹ ਛੱਪੜੇ 'ਚ ਪੈਣਾ ਹੈ, ਉਹ ਪਤਾ ਚੱਲਿਆ ਵੀ ਕੁਝ ਜਦੋਂ ਜੀ ਰਿਕਾਰਡ ਪਾ ਰਹੇ ਹਾਂ, ਅਸੀਂ ਜਲਦੀ ਮਤਲਬ ਕਰਾਂਗੇ। ਕਿੰਨੇ ਕੁ ਬਾਅਦ ਬਾਰਿਸ਼ ਵੀ ਪਈ ਹੈ, ਬਾਰਿਸ਼ ਦਾ ਵੀ ਪਾਣੀ ਹੈ, ਪਾਣੀ ਬਸ ਸਾਰੇ ਪਾਸੇ, ਬਾਰਿਸ਼ ਬਹੁਤ ਤੇਜ਼ ਪਈ ਹੈ ਸਵੇਰੇ, ਆਮ ਵੀ ਪਿੰਡਾਂ 'ਚ ਪਾਣੀ ਪਿਆ ਸੀ, ਬਾਰਿਸ਼ ਦਾ ਵੀ ਆ ਰਿਹਾ। ਜਿਹੜਾ ਸਾਰਾ ਪਿੰਡ ਦਾ ਬਹਾਅ ਨਾ ਉਹ ਗਰਾਊਂਡ ਦੇ ਵਿੱਚ ਹੀ ਆ ਰਿਹਾ, ਪਾਣੀ ਸਾਰਾ ਗਰਾਊਂਡ 'ਚ ਇਕੱਠਾ ਹੋ ਰਿਹਾ। ਅਸੀਂ ਪਹਿਲੇ ਸਰਪੰਚ ਨੂੰ ਵੀ ਅਲਰਟ ਕਰੀਏ, ਸੈਕਟਰੀ ਨੂੰ ਵੀ, ਅਤੇ ਮੈਂ ਵੀ ਹੁਣ ਜਾ ਕੇ ਮੌਕੇ 'ਤੇ ਜਾ ਰਿਹਾ, ਹੱਲ ਕਰਵਾਉਣਾ।